ਅਸਲਾਮੁ ਅਲੈਕੁਮ ਦੋਸਤੋ, ਤੁਸੀਂ ਦੇਖ ਰਹੇ ਹੋ ਪਾਕ ਪਤਨ ਐਨੀਮਲਸ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਿਆਜ਼। ਮਾਸ਼ਾਅੱਲਾ ਜਨਾਬ, ਅੱਜ ਦੀ ਵੀਡੀਓ ਵਾਚ ਸਬਸਕ੍ਰਾਈਬਰ ਦੀ ਹੈ ਜਨਾਬ, ਦੋ ਦਿਨ ਕੱਲ ਬਲਕਿ ਲੱਗੀ ਹੈ ਜੀ। ਕੱਲ ਵੀਡੀਓ ਲੱਗੀ ਸੀ ਜਨਾਬ, ਤਿੰਨ ਮੱਝਾਂ ਦੀ, ਉਹਨਾਂ ਚ ਇੱਕ ਮਾਸ਼ਾਅੱਲਾ ਮੱਝ ਸੇਲ ਹੋ ਗਈ ਹੈ ਤੇ ਇੱਕ ਨਾਲ ਗਾਂ। ਨਹੀਂ ਨਹੀਂ ਸਿੰਗਲ ਦੀ ਲੱਗੀ ਸੀ, ਸਿੰਗਲ ਦੀ ਲੱਗੀ, ਇੱਕ ਮੱਝ ਜਨਾਬ ਸੇਲ ਹੋਈ ਹੈ ਤੇ ਨਾਲ ਉਹਨਾਂ ਨੇ ਗਾਂ ਵੀ ਲੈ ਲਈ ਹੈ, ਠੀਕ ਹੋ ਗਿਆ। ਗਾਂ ਦੀ ਵੀ ਦੋ ਚਾਰ ਦਿਨ ਪਹਿਲਾਂ ਤਿੰਨ ਦੀ ਵੀਡੀਓ ਲੱਗੀ ਸੀ, ਉਹਨਾਂ ਵਿੱਚੋਂ ਇੱਕ ਉਹਨਾਂ ਨੇ ਗਾਂ ਸਫੈਦ ਮੂੰਹ ਵਾਲੀ, ਸਫੈਦ ਮੂੰਹ ਵਾਲੀ, ਤੇ ਇੱਕ ਉਹਨਾਂ ਨੇ ਮੱਝ ਲੈ ਲਈ ਹੈ। ਤੇ ਇਹ ਜਨਾਬ ਜਾ ਰਹੀਆਂ ਸਿਆਲਕੋਟ, ਸਾਡੇ ਬਹੁਤ ਹੀ ਪਿਆਰੇ ਸਬਸਕ੍ਰਾਈਬਰ ਹੈ ਜਨਾਬ ਚਾਂਦ ਭਾਈ, ਅਗਰ ਉਹ ਸੁਣ ਰਹੇ ਤੇ ਜਨਾਬ ਸਾਡਾ ਦੋ ਹੱਥ ਨਾਲ ਉਹਨਾਂ ਨੂੰ ਸਲਾਮ ਹੈ ਜਨਾਬ, ਬਹੁਤ ਹੀ ਸਾਡੇ ਪਿਆਰੇ ਭਾਈ ਹਨ। ਤੇ ਜਨਾਬ ਆਨਲਾਈਨ ਵੀਡੀਓ ਜਿਹੜਾ ਮਾਲ ਵਿਕਦਾ ਹੈ, ਸਿਰਫ ਰਵਾਨਗੀ ਦੀ ਵੀਡੀਓ ਉਹਨਾਂ ਦੋਸਤਾਂ ਵਾਸਤੇ ਬਣਾਈ ਦੀ ਹੈ ਜਿਹੜੇ ਸਾਡੇ ਆਨਲਾਈਨ ਸਾਡੇ ਤੋਂ ਲੋਕ ਇਤਮਾਦ ਕਰਦੇ ਹਨ ਮੁਕੰਮਲ ਤਸੱਲੀ ਕਰਾਉਣ ਵਾਸਤੇ। ਸਭ ਤੋਂ ਪਹਿਲੇ ਮੇਰਾ ਕੈਮਰਾਮੈਨ ਜਨਾਬ ਤੁਹਾਨੂੰ ਜਾਨਵਰ ਵਿਖਾਵੇਗਾ, ਵਾਕਿਆ ਹੀ ਉਹ ਹਨ ਜਿਹੜੇ ਆਪਾਂ ਯੂਟਿਊਬ ਤੇ ਲਾਏ ਸੀ, ਇਹ ਜਨਾਬ ਸੇਲ ਹੋ ਗਏ ਤੇ ਤੁਹਾਨੂੰ ਲੋਡਿੰਗ ਦੀ ਵੀਡੀਓ ਵੀ ਵਿਖਾਵਾਂਗੇ। ਚੈਨਲ ਨੂੰ ਲਾਜ਼ਮੀ ਜਨਾਬ ਸਬਸਕ੍ਰਾਈਬ ਕਰਨਾ ਹੈ, ਤੁਹਾਡੇ ਦੋਸਤਾਂ ਦੇ ਤਾਵਨ ਨਾਲ ਜਨਾਬ ਚੱਲਣਾ। ਇਨਸ਼ਾਅੱਲਾ ਜਨਾਬ ਪਾਕ ਪਤਨ ਐਨੀਮਲਸ ਟੀਵੀ ਦੋਸਤਾਂ ਵਾਸਤੇ ਬਿਹਤਰੀਨ ਜਾਨਵਰ ਲੈ ਕੇ ਆਉਂਦਾ ਜਨਾਬ, ਚੰਗੀ ਤੋਂ ਚੰਗੀ ਜਨਾਬ ਗਾਏ ਹੁੰਦੀ ਆਪਣੇ ਕੋਲ, ਪਿਓਰ ਨੀਲੀ ਦੀ ਮੱਝ ਹੁੰਦੀ। ਇਹ ਚੈੱਕ ਕਰੋ ਜਨਾਬ, ਇਹਦੀ ਕੱਲ ਦੀ ਵੀਡੀਓ ਲੱਗੀ, ਮਾਸ਼ਾਅੱਲਾ ਸੇਲ ਹੋ ਗਈ। ਇਹ ਪਹਿਲੇ ਨੰਬਰ ਤੇ ਜਨਾਬ ਮੱਝ ਹੈਗੀ, ਗੱਭਣ ਹੈਗੀ, ਦਿਨ ਲੈਂਦੀ ਹੈ ਜਨਾਬ, ਅੱਲਾਹ ਪਾਕ ਮਾਲਕਾਂ ਦੇ ਨਸੀਬ ਕਰੇ ਜੀ। ਮਾਸ਼ਾਅੱਲਾ ਜਨਾਬ ਪਿਓਰ ਨੀਲੀ ਦਾ ਬ੍ਰਾਂਡ ਹੈ ਜਨਾਬ, ਅੱਲਾਹ ਪਾਕ ਜਨਾਬ ਚਾਂਦ ਭਾਈ ਦੇ ਨਸੀਬ ਕਰੇ। ਸਾਡੇ ਬੜੇ ਪਿਆਰੇ ਭਾਈ ਹਨ, ਪਹਿਲੇ ਵੀ ਸਾਡੇ ਕੋਲ ਮਾਲ ਲੈ ਕੇ ਜਾਂਦੇ ਜਨਾਬ, ਬੜਾ ਸਾਡੇ ਤੇ ਇਤਮਾਦ ਦੀ ਗੱਲ ਹੈ ਜਨਾਬ, ਉਹਨਾਂ ਸਾਡੇ ਤੇ ਮਾਸ਼ਾਅੱਲਾ ਬੜਾ ਇਤਮਾਦ ਕਰਦੇ ਨੇ, ਔਰ ਅਸੀਂ ਵੀ ਕੋਸ਼ਿਸ਼ ਕਰਨੇ ਜਨਾਬ ਉਹਨਾਂ ਦੇ ਇਤਮਾਦ ਤੇ ਪੂਰਾ ਉਤਰਨ ਦੇ ਜਨਾਬ। ਇਹ ਜਨਾਬ ਪਹਿਲੇ ਨੰਬਰ ਤੇ ਜਾਨਵਰ ਹੈਗਾ ਸੀ ਜਨਾਬ, ਮੱਝ ਦੀ ਵੀਡੀਓ ਤੁਹਾਨੂੰ ਚੈੱਕ ਕਰਾ ਤੇ, ਬਹੁਤ ਹੀ ਖੂਬਸੂਰਤ ਲਾਜਵਾਬ ਜਨਾਬ। ਇਹ ਚੈੱਕ ਕਰੋ ਜਨਾਬ, ਤਿੰਨ ਗਾਵਾਂ ਦੀ ਇਕੱਠੀ ਵੀਡੀਓ ਲੱਗੀ ਸੀ, ਇਹ ਜਨਾਬ ਉਹਨਾਂ ਚ ਸੇਲ ਹੋ ਗਈ ਹੈ। ਮਾਸ਼ਾਅੱਲਾ ਜਨਾਬ ਚੈੱਕ ਕਰੋ, ਮੇਰੇ ਭਰਾ ਦੇ ਨਸੀਬਾਂ ਦੀ ਕਰੇ ਭਾਈ ਚਾਂਦ ਦੇ, ਹਾਂਜੀ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਆਪਾਂ ਉਹਨੂੰ ਬਰਾਵਾਂ ਤੇਰਾ ਮਾਲ ਦਿੱਤਾ ਜਿਵੇਂ ਬਰਾ ਦਿੰਦੇ ਨੇ ਬਰਾਵਾਂ ਨੂੰ। ਜੀ ਜੀ ਬਿਲਕੁਲ, ਸਾਡੇ ਤਾਂ ਬੜਾ ਇਤਮਾਦ ਕਰਦੇ ਨੇ, ਅਸੀਂ ਵੀ ਇਨਸ਼ਾਅੱਲਾ ਬਹੁਤ ਹੀ, ਔਰ ਮੈਂ ਖੁਦ ਜਾ ਰਹੀ ਹਾਂ ਛੱਡਣ। ਆਪ ਜਾ ਰਹੇ ਹੋ ਚਾਂਦ ਦਾ ਮਾਲ, ਮੈਂ ਸਪੈਸ਼ਲ ਆਪ ਖੁਦ ਜਾਣਾ ਛੱਡਣ। ਮਾਸ਼ਾਅੱਲਾ ਜਨਾਬ, ਮਾਸ਼ਾਅੱਲਾ, ਠੀਕ ਹੈ ਨਾ, ਇੱਕ ਮਿੰਟ ਦਾ ਟਾਈਮ ਨਹੀਂ ਹੈ, ਫਿਰ ਵੀ ਅੱਲਾ ਦੇ ਫਜ਼ਲ ਨਾਲ ਸਾਡਾ ਵੀਰ ਹੈ, ਅਸੀਂ ਜਾਣਾ ਸ਼ੌਕ ਨਾਲ ਜਾ ਰਹੇ ਪਹਿਲਨ ਵਹਿਲ ਹੈ ਜਨਾਬ, ਬਹੁਤ ਹੀ ਲਾਜਵਾਬ ਜਾਨਵਰ ਜਨਾਬ, ਪ੍ਰਿੰਟ ਪ੍ਰਿੰਟ ਬੜਾ ਖੂਬਸੂਰਤ ਹੈ ਜਨਾਬ। ਤੋਰੋ ਜੀ ਲੈ ਚਲੋ, ਚਲੋ ਜੀ ਲੈ ਚਲੋ, ਲੈ ਚਲੋ, ਅੱਲਾ ਪਾਕ ਜਨਾਬ ਉਹਨਾਂ ਦੇ ਨਸੀਬ ਕਰੇ। ਇਹ ਜਨਾਬ ਇਹਦੇ ਪਿੱਛੇ ਬੱਚਾ ਹੈਗਾ ਸੀ, ਚੈੱਕ ਕਰੋ, ਉਠਾ ਇਹਨੂੰ ਨਾਲ ਲਾਓ, ਲਿਆਓ ਜੀ, ਆਜਾ ਆਜਾ। ਮਾਸ਼ਾਅੱਲਾ ਜਨਾਬ ਚੈੱਕ ਕਰੋ, ਪੂਰੀ ਜ਼ਿੰਮੇਦਾਰੀ ਨਾਲ ਜਨਾਬ ਲੋਡਿੰਗ ਕਰਾਵਾਂਗੇ। ਇਹ ਜਨਾਬ ਤੁਹਾਡੇ ਦੋਸਤਾਂ ਵਾਸਤੇ ਮਿਹਨਤ ਕਰਕੇ ਜਨਾਬ ਪਿਓਰ ਨੀਲੀ ਦੇ ਬ੍ਰਾਂਡ ਕੱਢ ਕੇ ਲਿਆਉਣੇ ਆ ਜਨਾਬ, ਅੱਛੀ ਅੱਛੀ ਗਾਂ ਲਿਆਉਣੇ ਆ, ਹਰ ਰੋਜ਼ ਦੋਸਤਾਂ ਨੂੰ ਨਵੀਂ ਵੀਡੀਓ ਵਿਖਾਉਣੇ ਜਨਾਬ, ਜਿਹੜੇ ਸਾਡੇ ਚੈਨਲ ਵੇਖਦੇ ਆ ਜਨਾਬ ਉਹਨਾਂ ਨੂੰ ਪਤਾ ਹੈ ਡੇਲੀ ਨਵੀਂ ਵੀਡੀਓ ਲੱਗਦੀ ਜਨਾਬ, ਔਰ ਅਲਹਮਦੁਲਿਲਾ ਆਪਣਾ ਹੀ ਚੈਨਲ ਹੈ, ਆਪਣਾ ਹੀ ਮਾਲ ਹੈ, ਤੁਹਾਡੇ ਦੋਸਤਾਂ ਦੇ ਤਾਵਨ ਨਾਲ ਜਨਾਬ ਚੱਲਦਾ ਹੈ। ਮਾਸ਼ਾਅੱਲਾ ਜਨਾਬ ਪਹਿਲੇ ਨੰਬਰ ਤੇ ਜਾਨਵਰ ਲੋਡ ਹੋ ਰਹੀ ਹੈ ਜਨਾਬ, ਲਾਜਵਾਬ ਪ੍ਰਿੰਟ ਹੈ ਜਨਾਬ, ਪਹਿਲਨ ਵੈੜ ਹੈ ਜਨਾਬ, ਲੈ ਚਲੋ ਜੀ ਲੈ ਚਲੋ, ਬਿਸਮਿਲ੍ਲਾ ਜੀ ਚੜ ਗਈ। ਮਾਸ਼ਾਅੱਲਾ ਲੋਡ ਹੋ ਗਈ ਜਨਾਬ ਗਾਏ ਪਹਿਲੇ ਨੰਬਰ ਤੇ। ਇਹ ਜਨਾਬ ਦੂਸਰੇ ਨੰਬਰ ਤੇ ਜਾਨਵਰ ਦੀ ਲੋਡਿੰਗ ਹੋ ਰਹੀ ਜਨਾਬ, ਮਾਸ਼ਾਅੱਲਾ ਗਿੱਠ ਗਿੱਠ ਬਾਹਰ ਨਹੀਂ ਖੜੀ ਜਨਾਬ, ਜਿਹੜੀ ਚੀਜ਼ ਵਿਖਾਈ ਦੀ ਅਲਹਮਦੁਲਿਲਾ ਉਹ ਹੀ ਦੇਈ ਦੀ ਹੈ ਜਨਾਬ। ਮਾਸ਼ਾਅੱਲਾ ਜਨਾਬ
ਮੱਝ ਵੀ ਲੋੜ ਹੋ ਗਈ ਜਨਾਬ। ਭਾਈ ਸ਼ਬਾਜ ਪੂਰੀ ਜ਼ਿੰਮੇਦਾਰੀ ਨਾਲ ਜਨਾਬ ਲੋਹੜੀ ਕਰਵਾਈ ਸੀ ਜਨਾਬ, ਥੱਲੇ ਪਰਾਲੀ ਤੇ ਜਨਾਬ ਤਹਿ ਲਾ ਦਿੱਤੀ ਕਿਉਂਕਿ ਜਾਨਵਰਾਂ ਨੇ ਸਫ਼ਰ ਤੇ ਜਾਣਾ, ਇਹਨਾਂ ਨੂੰ ਪਰੇਸ਼ਾਨੀ ਨਾ ਹੋਵੇ। ਇਹ ਜਨਾਬ ਡਰਾਈਵਰ ਸਾਹਿਬ ਹਨ, ਬੜੇ ਖੁਸ਼ਗਵਾਰ ਮੂਡ ਵਾਲੇ ਨੇ ਜਨਾਬ, ਪੂਰੀ ਜ਼ਿੰਮੇਦਾਰੀ ਨਾਲ ਜਨਾਬ ਜਾਂਦੇ ਨੇ। ਪਹਿਲੇ ਵੀ ਇਹ ਚਾਂਦ ਭਾਈ ਦਾ ਮਾਲ ਛੱਡ ਕੇ ਆਏ ਜਨਾਬ ਸਿਆਲਕੋਟ, ਪੂਰੀ ਜ਼ਿੰਮੇਦਾਰੀ ਨਾਲ ਜਨਾਬ ਪਾਕ ਪਤਨ ਐਨੀਮਲਸ ਟੀਵੀ ਦੋਸਤਾਂ ਵਾਸਤੇ ਜਨਾਬ ਮਿਹਨਤਾਂ ਕਰਦਾ ਹੈ ਔਰ ਪੂਰੀ ਜ਼ਿੰਮੇਦਾਰੀ ਨਾਲ ਲੋਹੜੀ ਕਰਵਾਉਂਦਾ ਹੈ ਜਨਾਬ, ਕਿਉਂਕਿ ਸਾਡੀ ਜ਼ਿੰਮੇਦਾਰੀ ਹੈ। ਇਹ ਜਨਾਬ ਡਾਲੇ ਦਾ ਨੰਬਰ ਹੈ, ਚੈੱਕ ਕਰੋ। ਪੂਰੀ ਜ਼ਿੰਮੇਦਾਰੀ ਨਾਲ ਜਨਾਬ ਸ਼ਬਾਜ਼ ਭਾਈ ਲੋਹੜੀ ਕਰਵਾ ਦਿੱਤੀ ਜਨਾਬ, ਰਸਾ ਲਾ ਰਿਹਾ ਪਿੱਛੇ ਕਿਉਂਕਿ ਬੱਚਾ ਨਾਲ ਪਿੱਛੇ ਡਿੱਗ ਪਵੇ। ਜਿਹੜੇ ਦੋਸਤ ਨੂੰ ਜਨਾਬ ਜਾਨਵਰ ਚਾਹੀਦਾ ਹੋਵੇ ਸਾਡੇ ਨਾਲ ਰਾਬਤਾ ਕਰ ਸਕਦਾ ਹੈ, ਰਾਬਤਾ ਨੰਬਰ 0306004417 ਲੋਕਲ ਹੈ, ਵਟਸਐਪ ਨੰਬਰ ਹੈ ਜਨਾਬ, ਲੋਕੇਸ਼ਨ ਅੱਡਾ ਬੁੰਗਾ ਜਾਂ ਤਹਿਸੀਲੋ ਜ਼ਿਲ੍ਹਾ ਪਾਕ ਪਤਨ ਸ਼ਰੀਫ। ਵੀਡੀਓ ਪਸੰਦ ਆਵੇ ਜਨਾਬ ਲਾਈਕ ਸ਼ੇਅਰ ਲਾਜ਼ਮੀ ਕਰਨਾ, ਮੁਹੱਬਤਾਂ ਵਾਲੇ ਕਮੈਂਟ ਵੀ ਕਰਨਾ। ਇਸ ਨਾਲ ਹੀ ਆਪਣੇ ਮੇਜ਼ਬਾਨ ਮੁਹੰਮਦ ਰਿਆਜ਼ ਨੂੰ ਦਿਓ ਇਜਾਜ਼ਤ, ਇਨਸ਼ਾਅੱਲਾ ਇੱਕ ਬਿਹਤਰੀਨ ਵੀਡੀਓ ਨਾਲ ਫਿਰ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।